ਵਿਰਾਸਤ ਟੀਵੀ ਦੇ ਨਾਲ ਜੁੜੇ ਆਪ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਉਮੀਦ ਤੇ ਅਰਦਾਸ ਜਿੱਥੇ-ਕਿਤੇ ਹੋਵੋਗੇ ਪਰਮਾਤਮਾ ਅਕਾਲ ਪੁਰਖ ਅੱਲਾਹ ਤਾਲਾ ਦੇ ਪਾਣੇ ਵਿੱਚ ਆਪਣੀ ਜ਼ਿੰਦਗੀ ਬਤੀਤ ਕਰ ਰਹੇ ਹੋਵੋਗੇ ਦੋਸਤੋ ਪ੍ਰੋਗਰਾਮ ਕੁਝ ਪਲ ਕਿਤਾਬ ਦੇ ਨਾਲ ਵਿੱਚ ਜਿੱਥੇ ਤੁਹਾਡਾ ਜੀ ਆਇਆਂ ਨੂੰ ਕਰਦਾ ਹਾਂ ਉੱਥੇ ਨਾਲ ਦੇ ਨਾਲ ਖਾਸ ਤੌਰ ਤੇ ਦੱਸਣਾ ਚਾਹੁੰਦਾ ਹਾਂ ਕਿ ਇਸ ਪ੍ਰੋਗਰਾਮ ਦਾ ਜੋ ਮਕਸਦ ਹੈਗਾ ਯਾ ਉਹਦਾ ਕਿ ਖਾਸ ਤੌਰ ਤੇ ਅਸੀਂ ਆਪਣੇ ਸਾਹਿਤ ਦੇ ਨਾਲ ਜੁੜ ਸਕੀਏ ਕਿਉਂਕਿ ਸਾਹਿਤ ਦੇ ਨਾਲ ਜੁੜਿਆ ਹੋਇਆ ਮਨੁੱਖ ਆਪਣੇ ਸੱਭਿਆਚਾਰ ਆਪਣੇ ਇਤਿਹਾਸ ਤੇ ਭਵਿੱਖੀ ਜੀਵਨ ਦੇ ਵਾਸਤੇ ਹਮੇਸ਼ਾ ਚੇਤਨ ਰਹਿੰਦਾ ਹੈ ਇਹ ਖਾਸ ਗੱਲ ਹੈ ਸਾਹਿਤ ਦੇ ਵਿੱਚ ਔਰ ਜਦੋਂ ਅਸੀਂ ਸਾਹਿਤ ਉੱਤੇ ਚਰਚਾ ਕਰਦੇ ਹਾਂ ਕਿਤਾਬਾਂ ਦੀ ਗੱਲ ਕਰਦੇ ਹਾਂ ਤੇ ਬਹੁਤ ਸਾਰੇ ਐਸੇ ਕੋਰਸ ਸਾਨੂੰ ਮਿਲਦੇ ਐਸੇ ਵਿਚਾਰ ਪੜਨ ਨੂੰ ਸੁਣਨ ਨੂੰ ਸਮਝਣ ਨੂੰ ਮਿਲਦੇ ਆ ਜਿਥੋਂ ਪਤਾ ਲੱਗਦਾ ਹੈ ਵੀ ਕਿਤਾਬਾਂ ਦੀ ਸਾਡੀ ਜ਼ਿੰਦਗੀ ਦੇ ਵਿੱਚ ਕਿੰਨੀ ਭੂਮਿਕਾ ਅਹਿਮ ਹੈ ਜਾਂ ਕਿੰਨੀ ਮਹੱਤਤਾ ਹੈਗੀ ਹੈ ਸੋ ਇਸ ਮਕਸਦ ਦੀ ਪੂਰਤੀ ਵਾਸਤੇ ਅਸੀਂ ਵਕ ਵਕ ਵਿਸ਼ਿਆਂ ਉੱਤੇ ਕਿਤਾਬਾਂ ਤੁਹਾਡੇ ਰੂਹ ਬਰੂ ਕਰਦੇ ਹਾਂ ਤਾਂ ਕਿ ਅਸੀਂ ਕਿਤਾਬਾਂ ਦੇ ਨਾਲ ਜੁੜ ਕੇ ਆਪਣੀ ਜ਼ਿੰਦਗੀ ਨੂੰ ਸੋਹਣਾ ਬਣਾ ਸਕੀਏ। ਕਿਤਾਬਾਂ ਦੇ ਨਾਲ ਜੁੜਿਆ ਮਨੁੱਖ ਸਮਾਜਿਕ ਤੌਰ ਤੇ ਵੀ ਤਰੱਕੀ ਕਰਦਾ ਹੈ ਕਿਉਂਕਿ ਉਹਦਾ ਮਾਨਸਿਕ ਪੱਧਰ ਬਹੁਤ ਵਧੀਆ ਬਣ ਜਾਂਦਾ ਹੈ ਤੇ ਜੋ ਮਾਨਸਿਕ ਤੌਰ ਤੇ ਸਵਸਥ ਹੋਵੇਗਾ ਤੰਦਰੁਸਤ ਹੋਵੇਗਾ ਉਹ ਇੱਕ ਤੰਦਰੁਸਤ ਸਮਾਜ ਦੀ ਸਿਰਜਣਾ ਕਰ ਸਕਦਾ ਹੈ। ਸੋ ਅੱਜ ਜਿਸ ਕਿਤਾਬ ਦੀ ਮੈਂ ਗੱਲ ਕਰਨ ਜਾ ਰਿਹਾ ਇਹ ਨਾਵਲ ਹੈ। ਔਰ ਨਾਵਲ ਦੇ ਵਿੱਚ ਇੱਕ ਕਹਾਣੀ ਹੁੰਦੀ ਹੈ ਔਰ ਉਹ ਕਹਾਣੀ ਪਾਠਕਾ ਨੂੰ ਆਪਣੇ ਨਾਲ ਜੋੜ ਲੈਂਦੀ ਹੈ। ਉਸ ਨਾਵਲ ਦਾ ਇੱਕ ਪਲਾਟ ਤਿਆਰ ਕੀਤਾ ਜਾਂਦਾ ਹੈ। ਔਰ ਉਹਦੇ ਵਿੱਚ ਵਕ ਵਕ ਕਿਰਦਾਰ ਘੜੇ ਜਾਂਦੇ ਨੇ। ਹਰ ਕਿਰਦਾਰ ਦੀ ਆਪਣੀ ਇੱਕ ਭੂਮਿਕਾ ਹੁੰਦੀ ਹੈ। ਕੁਝ ਕਿਰਦਾਰ ਥੋੜੇ ਸਮੇਂ ਵਾਸਤੇ ਛੋਟੀ ਭੂਮਿਕਾ ਨਿਭਾਉਂਦੇ ਨੇ ਪਰ ਉਹ ਜ਼ਿਆਦਾ ਅਸਰਦਾਰ ਹੁੰਦੇ ਨੇ। ਕੁਝ ਕਿਰਦਾਰ ਲੰਮਾ ਸਮਾਂ ਚੱਲਦੇ ਨੇ ਕਿਉਂਕਿ ਉਹ ਨਾਇਕ ਜਾਂ ਨਾਇਕਾ ਦੇ ਤੌਰ ਤੇ ਹੋ ਸਕਦੇ ਆ ਜਾਂ ਉਹ ਖਲ ਨਾਇਕ ਦੇ ਤੌਰ ਤੇ ਹੋ ਸਕਦੇ ਆ ਜਾਂ ਹੋਰ ਜਿਹਨੂੰ ਅਸੀਂ ਸਪੋਰਟਿੰਗ ਟਰੈਕਟਰ ਕਹਿੰਦੇ ਆ ਉਹ ਵੀ ਨਾਲ ਦੀ ਨਾਲ ਬਹੁਤ ਕੁਝ ਸੋਚ ਕੇ ਸਮਝ ਕੇ ਫਿਰ ਇੱਕ ਨਾਵਲ ਲਿਖਿਆ ਜਾਂਦਾ ਹੈ ਪਰ ਕੁਝ ਨਾਵਲ ਐਸੇ ਹੁੰਦੇ ਨੇ ਜਿਨ੍ਹਾਂ ਦੇ ਬਿਰਤਾਂਤ ਸੱਚ ਹੁੰਦੇ ਨੇ ਜੋ ਸੱਚੀਆਂ ਘਟਨਾਵਾਂ ਜਾਂ ਸੱਚੇ ਬਿਰਤਾਂਤਾਂ ਦੇ ਉੱਤੇ ਪੂਰੀ ਤਰ੍ਹਾਂ ਜਿਹੜੇ ਆ ਉਸ ਸਮਰਪਿਤ ਹੁੰਦੇ ਨੇ ਪੂਰੀ ਤਰ੍ਹਾਂ ਉਹਦੇ ਉੱਤੇ ਆਧਾਰਿਤ ਹੁੰਦੇ ਨੇ ਉਹਦੇ ਬਾਅਦ ਫਿਰ ਉਹ ਨਾਵਲ ਦਾ ਰੂਪ ਧਾਰਨ ਕਰਦੇ ਆ ਸੋ ਜਿੱਥੇ ਅਸੀਂ ਇੱਕ ਨਾਵਲ ਪੜ੍ਹਦੇ ਆ ਆਪਣੇ ਸਕੂਨ ਦੇ ਵਾਸਤੇ ਜਾਂ ਆਪਣਾ ਸਮਾਂ ਪਾਸ ਕਰਨ ਦੇ ਵਾਸਤੇ ਜਾਂ ਕੁਝ ਸਿੱਖਣ ਦੇ ਵਾਸਤੇ ਜਾਂ ਇਸ ਦੁਨੀਆ ਦੀਆਂ ਘਟਨਾਵਾਂ ਨੂੰ ਜਾਣਨ ਦੇ ਵਾਸਤੇ ਪਰ ਉਦੋਂ ਜਦੋਂ ਅਸੀਂ ਕੁਝ ਅਜਿਹੇ ਨਾਵਲ ਪੜ੍ਹਦੇ ਹਾਂ ਜਿਨ੍ਹਾਂ ਦੇ ਵਿੱਚ ਇਤਿਹਾਸਿਕ ਸਚਾਈਆਂ ਲੁਕੀਆਂ ਹੋਣ ਤੇ ਉਹ ਬਿਨਾਂ ਸ਼ੱਕ ਸਾਡੇ ਗਿਆਨ ਦੇ ਵਿੱਚ ਬਹੁਤ ਜ਼ਿਆਦਾ ਵਾਧਾ ਕਰ ਸਕਦਾ ਕਰਦਾ ਹੈ ਅਸੀਂ बार-बार ਉਹਨੂੰ ਪੜ੍ਹਨਾ ਚਾਹੁੰਦੇ ਹਾਂ ਜੇ ਅਸੀਂ ਆਪਣੇ ਇਤਿਹਾਸ ਨੂੰ ਵਾਕਿਆ ਪਿਆਰ ਕਰਦੇ ਹਾਂ ਸੋ ਅੱਜ ਜੋ ਨਾਵਲ ਲੈ ਕੇ ਆਇਆ ਪਹਿਲਾਂ ਮੈਂ ਉਹਦੇ ਲੇਖਕ ਦੇ ਬਾਰੇ ਚਰਚਾ ਕਰਨੀ ਚਾਹੁੰਦਾ ਹਾਂ ਥੋੜੀ ਜਿਹੀ ਸੰਖੇਪ ਜੀ ਲੇਖਕ ਹੈ ਗਿਆਨੀ ਸੋਹਣ ਸਿੰਘ ਸੀਤਲ ਜਿਨ੍ਹਾਂ ਨੇ ਸਿੱਖ ਰਾਜ ਕਿਵੇਂ ਬਣਿਆ ਸਿੱਖ ਰਾਜ ਕਿਵੇਂ ਗਿਆ ਵਰਗੀਆਂ ਵੱਡੀਆਂ ਕਿਤਾਬਾਂ ਲਿਖੀਆਂ ਵੱਡੀਆਂ ਤਾਂ ਕਿਉਂਕਿ ਜਦੋਂ ਉਹ ਪਹਿਲੀ ਵਾਰ ਛਪੀਆਂ ਤੇ ਹੁਣ ਤੱਕ ਲਗਾਤਾਰ ਛਪ ਰਹੀਆਂ ਨੇ ਤੇ ਹੁਣ ਤੱਕ ਸਿੱਖ ਸੰਗਤਾਂ ਦੇ ਵਿੱਚ ਸਭ ਤੋਂ ਵੱਧ ਜਿਹਦੀ ਮੰਗ ਹੈ ਡਿਮਾਂਡਿੰਗ ਬੁక్స్ ਦੇ ਵਿੱਚ ਉਹ ਕੈਟਾਗਰੀ ਵਿੱਚ ਆਉਂਦੀਆਂ ਨੇ ਸੰਖੇਪ ਰੂਪ ਦੇ ਵਿੱਚ ਬਹੁਤ ਵੱਡਾ ਸਿੱਖ ਇਤਿਹਾਸ ਨੂੰ ਉਹਨਾਂ ਨੇ ਸੰਭਾਲਣ ਦਾ ਯਤਨ ਕੀਤਾ ਔਰ ਬਾਕਮਾਲ ਦੀ ਲਿਖਤ ਹੈ ਇੱਥੋਂ ਅੰਦਾਜ਼ਾ ਹੋ ਜਾਏਗਾ ਵੀ ਗਿਆਨੀ ਸੋਹਣ ਸਿੰਘ ਸੀਤਲ ਜਿਨ੍ਹਾਂ ਨੂੰ ਪ੍ਰਮਾਤਮਾ ਨੇ ਬਹੁਤ ਸਾਰੀਆਂ ਕਲਾਵਾਂ ਦੇ ਕੇ ਨਿਵਾਜਿਆ ਤੇ ਉਹ ਰਪੰਤ ਪ੍ਰਸਿੱਧ ਢਾਡੀ ਵੀ ਰਹੇ ਉਹਨਾਂ ਦੀ ਲਿਖੀ ਹੋਈ ਲਿਖਤ ਜਿਹੜੀ ਹੈ ਉਹ ਬਾ ਕਮਾਲ ਹੀ ਹੋਏਗੀ ਉਹ ਇੱਕ ਆਮ ਲਿਖਤ ਨਹੀਂ ਹੋਏਗੀ ਕਿਉਂਕਿ ਜਦੋਂ ਅਸੀਂ ਉਹਨਾਂ ਦੀ ਸਵੈ ਜੀਵਨੀ ਪੜਦੇ ਹਾਂ ਵੇਖੀ ਮਾਣੇ ਦੁਨੀਆ ਉਹ ਦੱਸਦੇ ਨੇ ਕਿ ਉਹ ਲਿਖਤਾਂ ਕਿਵੇਂ ਲਿਖਦੇ ਸੀਗੇ ਕਿਵੇਂ ਸਟਿਕ ਕਰਦੇ ਸੀ ਉਹਨਾਂ ਨੂੰ ਕਿਵੇਂ ਦਰੁਸਤੀ ਕਰਦੇ ਸੀਗੇ ਕੱਚਕਰੜ ਲਿਖਤਾਂ ਜਿਹੜੀਆਂ ਨੇ ਜਾਂ ਕੱਚਕਰੜ ਵਾਕਿਆਤ ਉਹ ਉਹਨਾਂ ਦੀ ਲਿਖਤਾਂ ਵਿੱਚੋਂ ਸਾਨੂੰ ਪੜਨ ਨੂੰ ਨਹੀਂ ਮਿਲਦੇ ਖੈਰ ਸਪੰਥ ਪ੍ਰਸਿੱਧ ਢਾਡੀ ਗਿਆਨੀ ਸੋਹਣ ਸਿੰਘ ਸੀਤਲ ਹੋਣਾ ਵੱਲੋਂ ਲਿਖੀ ਹੋਈ ਕਿਤਾਬ ਜੋ ਮਹਾਰਾਣੀ ਜਿੰਦਕੌਰ ਦੀ ਜੀਵਨੀ ਦੇ ਉੱਤੇ ਹੈ ਸ਼ਾਹੀ ਫਕੀਰਨੀ ਮਹਾਰਾਣੀ ਜਿੰਦਾ ਮਹਾਰਾਣੀ ਜਿੰਦਾ ਯਾਨੀ ਮਹਾਰਾਣੀ ਜਿੰਦਕੌਰ ਜੋ ਸਿੱਖ ਸਾਮਰਾਜ ਦੇ ਪਹਿਲੇ ਮਹਾਰਾਜਾ ਰਣਜੀਤ ਸਿੰਘ ਦੀ ਸਭ ਤੋਂ ਛੋਟੀ ਪਤਨੀ ਸੀ ਤੇ ਸਿੱਖ ਸਾਮਰਾਜ ਦੇ ਆਖਰੀ ਰਾਜੇ ਮਹਾਰਾਜਾ ਦਲੀਪ ਸਿੰਘ ਦੀ ਮਾਤਾ ਜੀ ਸੀ ਇਹ ਨਾਵਲ ਜੇ ਤੁਸੀਂ ਪੜਦੇ ਆ ਇਹ ਆਪਣੇ ਆਪ ਵਿੱਚ ਇੱਕ ਇਤਿਹਾਸਕ ਬਿਰਤਾਂਤ ਹੈ ਗਿਆ ਮਰਨ ਜਿੰਦਾ ਯਾਨੀ ਸੋਣ ਸੰਸਕ੍ਰਿਤਲ ਹੋਣ ਦਾ ਲਿਖਿਆ ਹੋਇਆ ਨਾਵਲ ਔਰ ਇਤਿਹਾਸਿਕ ਬਿਰਤਾਂਤ ਹੋਣ ਦੇ ਨਾਲ ਨਾਲ ਨਾਵਲ ਦੇ ਪੱਖ ਤੋਂ ਜਿਹੜੀ ਹੈ ਇਹਦਾ ਘਟਨਾ ਕਰਮ ਹੈ ਉਹ ਬਾਕਮਾਲ ਚੱਲਦਾ ਹੈ ਅਖੀਰ ਦੇ ਵਿੱਚ ਮੈਂ ਖਾਸ ਤੌਰ ਤੇ ਜ਼ਿਕਰ ਕਰਨਾ ਚਾਹੁੰਦਾ ਹਾਂ ਕਿ ਕਰਤਾ ਨੇ ਇੱਕ ਵਿਸ਼ੇਸ਼ ਨੋਟ ਦੇ ਕੇ ਇਹ ਗੱਲ ਨੂੰ ਮੰਨਿਆ ਹੈ ਕਿ ਭਾਵੇਂ ਇਤਿਹਾਸ ਦੇ ਨਾਲ ਨਾਲ ਚੱਲਣ ਦਾ ਯਤਨ ਕੀਤਾ ਗਿਆ ਪਰ ਫਿਰ ਵੀ ਪਾਠਕ ਇਸ ਪੁਸਤਕ ਨੂੰ ਨਾਵਲ ਸਮਝ ਕੇ ਪੜਨ ਇਤਿਹਾਸਿਕ ਸਚਾਈ ਜਾਣਨ ਵਾਸਤੇ ਪਾਠਕ ਦੁਖੀਏ ਮਾਂ ਪੁੱਤ ਨਾਮੀ ਪੁਸਤਕ ਵੇਖਣ ਜਿਸ ਵਿੱਚ ਮਹਾਰਾਣੀ ਜਿੰਦਾ ਤੇ ਮਹਾਰਾਜਾ ਦਲਪ ਸਿੰਘ ਦੇ ਜਨਮ ਤੋਂ ਲੈ ਕੇ ਸੁਰਗਵਾਸ ਹੋਣ ਤੱਕ ਦੇ ਪੂਰੇ ਹਾਲ ਪ੍ਰਾਣੀਆਂ ਪ੍ਰਮਾਣਿਕ ਕਿਤਾਬਾਂ ਦੇ ਹਵਾਲੇ ਦੇ ਕੇ ਲਿਖੇ ਗਏ ਨੇ ਸੋ ਮੈਂ ਜਿਵੇਂ ਦੱਸਿਆ ਭਈ ਕੁਝ ਨੋਵਲ ਐਸੀ ਹੁੰਦੇ ਨੇ ਜੋ ਸਾਨੂੰ ਇਤਿਹਾਸ ਦੇ ਨਾਲ ਜੋੜਦੇ ਨੇ ਉਹ ਕਿਵੇਂ ਜਿਵੇਂ ਇਸ ਨਾਵਲ ਦੀ ਜੇ ਤੁਸੀਂ ਗੱਲ ਕਰਦੇ ਆ ਇਹ ਲਿਖਿਆ ਨਾਵਲ ਦੀ ਸਿਰਫ ਤੋਂ ਗਿਆ ਹੈ ਪਰ ਸਾਨੂੰ ਇਤਿਹਾਸ ਨਾਲ ਕਿਵੇਂ ਜੋੜਦਾ ਹੈ ਕਿਉਂਕਿ ਇਹਦੇ ਵਿੱਚ ਕਲਾਤਮਕ ਢੰਗ ਦੇ ਨਾਲ ਡਰਾਮੇ ਦੇ ਰੂਪ ਵਿੱਚ ਆਪਣੀ ਜਿਹੜੀ ਗੱਲ ਕਹੀ ਗਈ ਹੈ ਜਿਵੇਂ ਸ਼ੁਰੂਆਤ ਵਿੱਚ ਗੱਲ ਹੁੰਦੀ ਹੈ ਕਿ ਕੁਝ ਛੋਟੀਆਂ ਬੱਚੀਆਂ ਛੋਟੀਆਂ ਕੁੜੀਆਂ ਆਪਸ ਵਿੱਚ ਖੇਡ ਰਹੀਆਂ ਨੇ ਜਿਨ੍ਹਾਂ ਵਿੱਚ ਜਿੰਦ ਕੌਰ ਵੀ ਹੈ ਉਹ ਆਪਸ ਗੁਫ਼ਤਗੋ ਕਿੱਦਾਂ ਦੀ ਹੁੰਦੀ ਹੈ ਉਸ ਨਾਵਲ ਦਾ ਪਹਿਲਾ ਤਾਂ ਲੈ ਚੈਪਟਰ ਦੇ ਵਿੱਚ ਅਸੀਂ ਉਹਦੇ ਕੁਝ ਸ਼ੁਰੂਆਤੀ ਪੰਕਤੀਆਂ ਪੜ੍ਹਦੇ ਹਾਂ ਤੇ ਤੁਹਾਨੂੰ ਸਮਝ ਆਊਗੀ ਵੀ ਇਹ ਸਾਨੂੰ ਡਰਾਮੈਟਿਕ ਢੰਗ ਦੇ ਨਾਲ ਇਤਿਹਾਸ ਨਾਲ ਜੋੜਨ ਦਾ ਯਤਨ ਕੀਤਾ ਗਿਆ ਹੈ ਰਾਜਾ ਕੌਣ ਬਣੇਗਾ ਛੋਟੀਆਂ-ਛੋਟੀਆਂ ਕੁੜੀਆਂ ਰਾਜਾ ਰਾਣੀ ਦੀ ਖੇਡ ਖੇਡ ਰਹੀਆਂ ਸੀ ਮੈਂ ਇੱਕ ਠੁੱਲੇ ਜਿਹੇ ਸਰੀਰ ਦੀ ਕੁੜੀ ਨੇ ਕਿਹਾ ਰਾਣੀ ਕੌਣ ਬਣੇਗੀ ਮੈਂ ਇੱਕ ਹੋਰ ਆਵਾਜ਼ ਸਭ ਤੋਂ ਵੱਡਾ ਰਾਜਾ ਕੌਣ ਸਭ ਤੋਂ ਵੱਡਾ ਤਾਂ ਮਹਾਰਾਜਾ ਰਣਜੀਤ ਸਿੰਘ ਹੈ ਇੱਕ ਸਿਆਣੀ ਉਮਰ ਦੀ ਕੁੜੀ ਨੇ ਹਾਸੇ ਨਾਲ ਕਿਹਾ ਉਹਦੀ ਰਾਣੀ ਕੌਣ ਬਣੇਗੀ ਮੈਂ ਬਲੜੀ ਜਿੰਦਾ ਨੇ ਦੋ ਕਦਮ ਅੱਗੇ ਵੱਧ ਕੇ ਕਿਹਾ ਲੈ ਇਹ ਬਣੂਗੀ ਮਹਾਰਾਜਾ ਰਣਜੀਤ ਸਿੰਘ ਦੀ ਰਾਣੀ ਜਿੰਦਾ ਦੀ ਵੱਡੀ ਭੈਣ ਨੇ ਵਿਅੰਗ ਨਾਲ ਕਿਹਾ ਇਹ ਸੁਣ ਕੇ ਸਾਰੀਆਂ ਕੁੜੀਆਂ ਖਿੜਖੜਾ ਕੇ ਹੱਸ ਪਈਆਂ ਜਿੰਦਾ ਹੈਰਾਨ ਹੋਈ ਉਹਨਾਂ ਦੇ ਮੂੰਹ ਵੱਲ ਤੱਕਣ ਲੱਗੀ ਉਹਨੂੰ ਇਹ ਸਮਝਣਾ ਪਈ ਕਿ ਇਹ ਦੇ ਵਿੱਚ ਹੱਸਣ ਵਾਲੀ ਗੱਲ ਕਿਹੜੀ ਹੈ ਉਹ ਸੋਚ ਰਹੀ ਸੀ ਜੇ ਕੋਈ ਪੜੋਲੀ ਵਰਗੀ ਕੁੜੀ ਰਾਜਾ ਬਣ ਸਕਦੀ ਹੈ ਚੁੰਨੀਆਂ ਅੱਖਾਂ ਵਾਲੀ ਰਾਣੀ ਬਣ ਸਕਦੀ ਹੈ ਤਾਂ ਮੈਂ ਮਹਾਰਾਜਾ ਰਣਜੀਤ ਸਿੰਘ ਦੀ ਰਾਣੀ ਕਿਉਂ ਨਹੀਂ ਬਣ ਸਕਦੀ ਆਕਰ ਖੇੜੀ ਦਾ ਦੋ ਘੜੀਆਂ ਦਾ ਦਿਲ ਪਰਚਾਵਾ ਖੇਡ ਵਿੱਚ ਕੋਈ ਸਾਧ ਬਣਦੀ ਹੈ ਕੋਈ ਚੋਰ ਬਣਦੀ ਹੈ ਕੋਈ कोतवाल ਬਣਦੀ ਹੈ ਕੋਈ ਸਿਪਾਹੀ ਬਣਦੀ ਹੈ ਉਨ੍ਹਾਂ ਵੱਲੇ ਵੇਖ ਕੇ ਤੇ ਕੋਈ ਕੁੜੀ ਨਹੀਂ ਹੱਸਦੀ ਜੇ ਮੈਂ ਰਣਜੀਤ ਸਿੰਘ ਦੀ ਰਾਣੀ ਬਣਨ ਵਾਸਤੇ ਕਿਹਾ ਤੇ ਇਹ ਕਿਉਂ ਹੱਸ ਪਈਆਂ ਨੇ ਇਹ ਕਿਹੜਾ ਮੈਂ ਸੱਚੀ ਮੁੱਚੀ ਉਹਦੀ ਰਾਣੀ ਬਣ ਜਾਣਾ ਐ ਐਵੇਂ ਝੂਠੀ ਮੁਠੀ ਦੀ ਖੇੜੀ ਤਾਂ ਫਿਰ ਇਹ ਹੱਸਣ ਦਾ ਕਾਰਨ ਕੀ ਹੈ ਉਮਰੋਂ ਛੋਟੀ ਹੋਣ ਕਰਕੇ ਉਹ ਇਹ ਨਾ ਸਮਝ ਸਕੇ ਕਿ ਹੱਸਣ ਦੀ ਵਜ੍ਹਾ ਉਹਦੀ ਵੱਡੀ ਭੈਣ ਦਾ ਵਿਅੰਗਮਈ ਲੱਗਾ ਸੀ ਸੋ ਇਸ ਤਰੀਕੇ ਦੇ ਨਾਲ ਡਰਾਮੈਟਿਕ ਢੰਗ ਦੇ ਨਾਲ ਇਹ ਨਾਵਲ ਦੀ ਸ਼ੁਰੂਆਤ ਹੁੰਦੀ ਹੈ ਮਹਾਰਾਣੀ ਜਿੰਦਾ ਦੇ ਬਚਪਨ ਤੋਂ ਜਿਵੇਂ ਮੈਂ ਜ਼ਿਕਰ ਕੀਤਾ 1817 ਦਾ ਜਨਮ ਹੈ 1863 ਵਿੱਚ ਮਹਾਰਾਣੀ ਜਿੰਦਾ ਦੀ ਮੌਤ ਹੁੰਦੀ ਹੈ ਔਰ ਫਿਰ ਉਹ ਸਾਰਾ ਹਾਲ ਚੱਲਦਾ ਹੈ ਸਿੱਖ ਇਤਿਹਾਸ ਦੇ ਵਿੱਚ ਸਿੱਖ ਇਤਿਹਾਸ ਦੇ ਉਹਨਾਂ ਪੰਨਿਆਂ ਉੱਤੇ ਮਹਾਰਾਜਾ ਰਣਜੀਤ ਸਿੰਘ ਦੀ ਸلطਨਤ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਅਕਾਲ ਚਲਾਣੇ ਤੋਂ ਬਾਅਦ ਅੰਗਰੇਜ਼ਾਂ ਦੀਆਂ ਜੋ ਮੈਂ ਕਾਇਰਾਨਾ ਕਾਰਵਾਈਆਂ ਕਹਾਵਾਂਗਾ ਧੋਖੇ ਬਾਜ਼ੀਆਂ ਚਲਾਕੀਆਂ ਕਹਾंगा ਫਰੇਬ ਕਹਾंगा ਝੂਠ ਕਹਾंगा ਜੋ ਉਹਨਾਂ ਨੇ ਵਰਤੇ ਤੇ ਸਿੱਖ ਰਾਜ ਨੂੰ ਸਿੱਖ ਸਲਤਨਤ ਨੂੰ ਤਬਾਹ ਕਰਨ ਦੀ ਜਿਹੜੀ ਹੈ ਕੋਸ਼ਿਸ਼ ਕੀਤੀ ਔਰ ਉਹਦੇ ਵਿੱਚ ਸਫਲ ਹੋਏ ਕੁਝ ਗद्दारਾਂ ਦੇ ਕਰਕੇ ਕਿਉਂਕਿ ਇੱਕ ਕਹਿੰਦੇ ਹੁੰਦੇ ਨੇ ਕੱਲਾ ਸ਼ੇਰ ਨਹੀਂ ਚਿਖਾ ਦੇ ਵਿੱਚ ਸੜਿਆ ਸੜ ਗਈ ਤਕਦੀਰ ਪੰਜਾਬੀਆਂ ਦੀ ਕੁਝ ਉਹ ਪਾਣਾ ਕਿਦਾਂ ਵਰਤਦਾ ਆ ਫਿਰ ਮਹਾਰਾਣੀ ਮਹਾਰਾਣੀ ਜਿੰਦਾ ਦਾ ਪਤੀ ਦੇ ਸੁਰਗਵਾਸ ਹੋਣ ਤੋਂ ਬਾਅਦ ਦਾ ਜਿਹੜਾ ਸਫ਼ਰ ਹੈ ਉਹ ਕਿੰਨਾ ਕੰਡਿਆਂ ਭਰਿਆ ਸੀ ਔਰ ਕਿਵੇਂ ਉਸ ਦਲੇਰ ਔਰਤ ਨੇ ਬਹਾਦਰੀ ਦੇ ਨਾਲ ਉਹਨਾਂ ਹਾਲਾਤਾਂ ਦਾ ਸਾਹਮਣਾ ਕੀਤਾ ਔਰ ਅਖੀਰ ਤੱਕ ਉਹ ਚੜ੍ਹਦੀ ਕਲਾ ਵਿੱਚ ਵਿਛਰਦੀ ਹੋਈ ਸੰਘਰਸ਼ ਸ਼ੀਲਾ ਮੰਗ ਸੰਘਰਸ਼ ਵਿੱਚ ਰਹਿੰਦੀ ਹੋਈ ਉਹ ਆਪਣੀ ਉਹਨੇ ਜੀਵਨ ਲਈ ਲਾਉ ਦੀ ਸਮਾਪਤ ਹੁੰਦੀ ਹੈ ਔਰ ਸਾਰਾ ਇਤਿਹਾਸ ਪੜ੍ਹ ਕੇ ਵਾਰ-ਵਾਰ ਜਦੋਂ ਕਹਾਣੀ ਅੱਗੇ-ਅੱਗੇ ਤੁਰਦੀ ਜਾਂਦੀ ਹੈ ਹਰ ਪੜਨ ਵਾਲੇ ਦੀ ਅੱਖ ਨਮ ਹੋ ਜਾਂਦੀ ਹੈ। ਇਦਾਂ ਨਹੀਂ ਹੁੰਦਾ ਕਿ ਤੁਸੀਂ ਨਾਵਲ ਪੜ੍ਹਦੇ ਹੋ ਅਤੇ ਅਖੀਰ ਤੱਕ ਜਾਂਦੇ ਜਾਂਦੇ ਵੀ ਇਦਾਂ ਹੋਇਆ ਹੋਵੇ ਇੱਕ ਵਾਰ ਵੀ ਤੁਹਾਡੀਆਂ ਅੱਖਾਂ ਗਿੱਲੀਆਂ ਨਾ ਹੋਈਆਂ ਹੋਣ। ਇੱਕ ਵਾਰ ਵੀ ਅੱਖਾਂ ਭਿੱਜੀਆਂ ਨਾ ਹੋਣ। ਵਾਹ ਕਮਾਲ ਦੀ ਪੇਸ਼ਕਾਰੀ ਜੋ ਗਿਆਨੀ ਸੋਨ ਸਿੰਘ ਸਿਤਲਹਰੌੜ ਕੀਤੀ ਗਈ ਹੈ। ਇਹ ਨਾਵਲ ਲਾਹੌਰ ਬੁੱਕ ਸ਼ਾਪ ਤੋਂ ਛਾਪਿਆ ਗਿਆ ਹੈ। ਤਕਰੀਬ 100 ਤੋਂ 4 ਕੁੱਪਨਿਆਂ, ਯਾਨੀ 100 ਕੋ ਪੰਨਿਆਂ ਦਾ ਇਹ ਨਾਵਲ ਹੈ ਜੋ ਮਹਾਰਾਣੀ ਜਿੰਦਾ ਪੂਰਾ ਨਾਮ ਇਹਦਾ ਇਸ ਤਰ੍ਹਾਂ ਹੈ ਵੀ ਸ਼ਾਹੀ ਫਕੀਰਨੀ ਮਹਾਰਾਣੀ ਜਿੰਦਾ ਔਰ ਸ਼ੁਰੂਆਤ ਕਹਿੰਦੇ ਨੇ ਮੈਨੂੰ ਕਹਿਣਗੇ ਸ਼ਾਹੀ ਫਕੀਰਨੀ ਜਦੋਂ ਸ਼ਾਇਰ ਲਿਖਣਗੇ ਹਾਲ ਇਹ ਲਿਖਤ ਵੀ ਜਿਹੜੀ ਯੋਗਿਆਨੀ ਸੋਹਣ ਸਿੰਘ ਸਿੱਤਲ ਦੀ ਔਰ ਨਵਲ ਦੇ ਅਖੀਰ ਦੇ ਵਿੱਚ ਇਹਦਾ ਬਾਕ ਅਜਦਾ ਜਿਹੜਾ ਜ਼ਿਕਰ ਹੈਗਾ ਆ ਬਹੁਤ ਖੂਬਸੂਰਤੀ ਨਾਲ ਮੈਂ ਕੋਸ਼ਿਸ਼ ਕਰਦਾ ਕਿ ਤੁਹਾਡੇ ਨਾਲ ਉਹ ਉਹ ਹਿੱਸਾ ਜਿਹੜਾ ਸਾਂਝਾ ਕਰਦਾ ਇਹ ਚੁਨਾਰ ਕਿਲੇ ਦੇ ਵਿੱਚੋਂ ਜਦੋਂ ਮਹਾਰਾਣੀ ਜਿੰਦਾ ਨਿਕਲਦੀ ਹੈ ਔਰ ਲਿਖਿਆ ਹੈ ਕਿ ਭੁਖੀ ਤਿਹਾਈ ਭਟਕਦੀ ਜਿੰਦਾ ਨੇਪਾਲ ਦੇ ਰਾਣਾ ਜੰਗ ਬਹਾਦਰ ਦੇ ਦਰਬਾਰ ਪਹੁੰਚਦੀ ਹੈ ਸ਼ੇਰੇ ਪੰਜਾਬ ਦੀ ਮਹਿਬੂਬਾ ਹੀਰਿਆਂ ਤੇ ਮੋਤੀਆਂ ਦਾ দান ਕਰਨ ਵਾਲੀ ਮਹਾਰਾਣੀ ਜਿੰਦਾ ਰਾਣਾ ਜੰਗ ਬਹਾਦਰ ਦੇ ਸਾਹਮਣੇ ਝੋਲੀ ਅੜ ਕੇ ਈਓ ਫਰਿਆਦ ਕਰਨ ਵਾਸਤੇ ਮਜਬੂਰ ਹੋ ਗਈ ਜਦੋਂ ਨਸ ਕੇ ਕਿਲੇ ਚੁਨਾਰਚੋਂ ਪਹੁੰਚੀ ਜਿੰਦਾ ਜਾ ਨੇਪਾਲ ਤਨ ਲਟਕਨ ਲੀਰਾ ਰੇਸ਼ਮੀ ਅਤੇ ਗਲ ਵਿੱਚ ਖਿਲਰੇ ਵਾਲ ਜਿਹਦੇ ਵੱਟ ਮੱਥੇ ਦੇ ਵੇਖ ਕੇ ਹੁੰਦਾ ਦੂਜ ਦਾ ਚੰਦ ਹਲਾਲ ਅੱਜ ਕੱਖੋਂ ਹੋਲੀ ਹੋ ਗਈ ਤਦੇ ਤੋਲਦੀ ਲਾਲਾ ਨਾਲ ਵਿੱਚ ਰਾਣੇ ਦੇ ਦਰਬਾਰ ਦੇ ਝੋਲੀ ਅੱਡ ਕੇ ਕਰੇ ਸਵਾਲ ਮੈਂ ਮਾਲਕ ਦੇਸ ਪੰਜਾਬ ਦੀ ਅੱਜ ਫੇਰ ਫਕੀਰਾਂ ਦੇ ਹਾਲ ਕੱਲ ਹੀਰੇ ਕਰਦੀ ਦਾਨ ਸਾਂ ਅੱਜ ਰੋਟੀ ਤੋਂ ਕੰਗਾਲ ਮੈਂ ਰਾਣੀ ਉਸ ਰਣਜੀਤ ਦੀ ਜਿਹਦੀ ਇੰਦਰ ਨਾ ਚੱਲਦਾ ਝਾਲ ਜਿਹਦੀ ਭੁਬਕ ਡੁਲਾਵੇ ਅੰਬਰਾਂ ਤੇ ਪ੍ਰithvi ਆਉਣ ਪਚਾਲ ਮੈਂ ਮਾ ਮਹਾਰਾਜੇ ਦਲੀਪ ਦੀ ਜਿਨੂੰ ਮਿੱਤਰਾ ਫਾਇਆ ਜਾਲ ਫੇਰਾ ਰੋਟੀ ਬਦਲੇ ਝਟਕਦੀ ਅੱਜ ਵੇਖ ਜ਼ਮਾਨੇ ਦੀ ਚਾਲ ਮੈਨੂੰ ਕਹਿਣਗੇ ਸ਼ਾਹੀ ਫਕੀਰ ਨੇ ਮੈਨੂੰ ਕਹਿਣਗੇ ਸ਼ਾਹੀ ਫਕੀਰ ਨੇ ਜਦ ਸ਼ਾਇਰ ਲਿਖਣ ਗਿਆ ਹਾਲ ਵਕਮਲ ਦੀ ਪੇਸ਼ਕਾਰੀ ਪੂਰੇ ਡਾਬਲ ਦੇ ਵਿੱਚ ਔਰ ਲਗਾਤਾਰ ਜਿਹੜਾ ਨਾਵਲ ਚੱਲਦਾ ਹੈ ਇਹਨੂੰ ਵਕ ਵਕ ਕਾਂਡਾਂ ਦੇ ਵਿੱਚ ਜਿਹੜਾ ਵਰਨ ਵਰਡ ਕੀਤੀ ਗਈ ਹੈ ਦੀ ਕਾ ਕੇ ਪਾਠਕ ਨੂੰ ਪੜਨ ਦੇ ਵਿੱਚ ਪਤਾ ਲੱਗੇ ਵੀ ਘਟਨਾ ਜਿਹੜੀ ਬਦਲ ਚੁੱਕੀ ਹੋਈ ਹੈ ਹੁਣ ਇਹ ਦੂਸਰੇ ਪਾਸੇ ਜਿਹੜੀ ਹੈ ਮਹਾਰਾਣ ਜਿੰਦਾ ਪਹੁੰਚ ਚੁੱਕੀ ਹੈ ਓਵਰঅল ਕਿਤਾਬ ਜਿਸ ਤੇ ਪੜਦੇ ਆ ਅਸੀਂ ਆਪਣੇ ਇਤਿਹਾਸ ਉਤੇ ਮਾਣ ਮਹਿਸੂਸ ਕਰਦੇ ਆ ਸਾਨੂੰ ਮਾਣ ਹੁੰਦਾ ਵੀ ਅਸੀਂ ਐਸੇ ਮਹਾਨ ਵਿਰਸੇ ਸੱਭਿਆਚਾਰ ਔਰ ਇਤਿਹਾਸ ਦੇ ਵਾਰਸ ਆ ਤੇ ਬੜੀ ਖੁਸ਼ੀ ਵੀ ਹੁੰਦੀ ਹੈ ਤੇ ਉੱਥੇ ਪਤਾ ਲੱਗਦਾ ਆ ਕਿ ਦੁਸ਼ਮਣ ਬਾਤ ਕਰੇ ਅਨਹੋਣੀ ਕਿ ਕਿਵੇਂ ਦੁਸ਼ਮਨਾ ਦੀਆਂ ਫਾਹੀਆਂ ਦੁਸ਼ਮਨਾ ਦੇ ਜਾਲ ਵਿੱਚ ਫਸ ਕੇ ਸਾਡਾ ਜਿਹੜਾ ਰਾਜ ਭਾਗ ਗਿਆ ਉੱਥੇ ਕੁਝ ਗਦਾਰਾਂ ਦੀ ਜਿਹੜੀ ਹੈ ਮਿਹਰਬਾਨੀ صدਕਾ ਸਿੱਖ ਰਾਜ ਜਿਹੜਾ ਆ ਉਹਦੇ ਤੋਂ ਨ부ਦ ਹੋਇਆ ਤੇ ਅੱਜ ਜਿਸ ਪੰਜਾਬ ਦੇ ਵਿੱਚ ਅਸੀਂ ਰਹਿ ਰਹੇ ਹਾਂ ਉਸ ਪੰਜਾਬ ਵਿੱਚ ਪੰਜਾਬ ਪੰਜਾਬੀ ਜਾਂ ਪੰਜਾਬੀਅਤ ਕਿੰਨੀ ਕੋ ਹੈ ਇਹ ਸਾਨੂੰ ਸਾਰਿਆਂ ਨੂੰ ਪਤਾ ਹੈਗਾ ਹੈ ਖੈਰ ਇਹ ਸੀ ਅੱਜ ਦੀ ਕਿਤਾਬ ਇਸ ਪ੍ਰੋਗਰਾਮ ਦੀ ਮਹਾਰਾਣੀ ਜਿੰਦਾ ਲੇਖਕ ਗਿਆਨੀ ਸੋਹਣ ਸਿੰਘ ਸੀਤਲ ਜੀ ਤੇ ਮਹਾਰਾਣੀ ਜਿੰਦ ਕੌਰ ਦਾ ਇਤਿਹਾਸ ਜੋ ਮਹਾਰਾਜਾ ਰਣਜੀਤ ਸਿੰਘ ਦੀ ਆਖਰੀ ਤੇ ਸਭ ਤੋਂ ਛੋਟੀ ਪਤਨੀ ਸੀ ਤੇ ਮਹਾਰਾਜਾ ਦਲੀਪ ਸਿੰਘ ਦੀ ਮਾਸੀ ਸੋ ਮਿਲਦੇ ਹਾਂ ਅਗਲੇ ਐਪੀਸੋਡ ਵਿੱਚ ਇੱਕ ਹੋਰ ਨਵੀਂ ਕਿਤਾਬ ਦੇ ਨਾਲ ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ ਸਤਿ ਸ੍ਰੀ ਅਕਾਲ